ਸੂਹੀ ਮਹਿਲਾ ਚੌਥਾ ਜੇਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੈ ਸਹਿਜ ਸਮਾਏ ਹਰ ਰਸ ਜਨ ਚਾਖੋ ਜੇ ਪਾਈ ਤਉ ਕਤ ਅਨੰਤ ਸਾਧ ਲੋਭਾਈ ਰਹਾਉ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੇ ਬਹੁਤੀ ਮਿਲੈ ਸਜਾਏ ਨਜ਼ਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹਨਾਂ ਪਾਵਨ ਸ਼ਬਦਾਂ ਰਾਹੀਂ ਗੁਰੂ ਦੀ ਕਿਰਪਾ ਅਤੇ ਉਸ ਕਿਰਪਾ ਦੇ ਨਾਲ ਜਿਹੜਾ ਗੁਰਮੁਖ ਬਣ ਕੇ ਹਰੀ ਦੇ ਨਾਮ ਰਸ ਨੂੰ ਚੱਖ ਲੈਂਦਾ ਉਹ ਤ੍ਰਿਪਤ ਹੋ ਜਾਂਦਾ, ਉਹਦੀਆਂ ਇੱਛਾਵਾਂ ਉਹਦੇ ਫੁਰਨੇ ਉਹਦੀਆਂ ਵਾਸ਼ਨਾਵਾਂ ਸੁੱਤੇ ਸਿੱਧ ਹੀ ਘੱਟ ਜਾਂਦੀਆਂ। ਜਿਵੇਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਬੜੀ ਕਿਰਪਾ ਕੀਤੀ, ਆਖਿਆ ਆਪਣੇ ਇਹਨਾਂ ਸੰਗੀ ਸਾਥੀਆਂ ਨੂੰ ਸਮਝਾਓ, ਇਹਨਾਂ ਨੂੰ ਪ੍ਰੇਰੋ, ਔਰ ਇਹਨਾਂ ਦੀ ਪ੍ਰੇਰਨਾ ਕਰਨ ਲਈ ਇੱਕ ਇੱਕ ਪੌੜੀ ਵਿੱਚ ਚੰਗੀ ਤਰ੍ਹਾਂ ਸਮਝਾਏ। ਦਾਸ ਕਈ ਵਾਰੀ ਆਪਣੀ ਕਥਾ ਵਿੱਚ ਇਹ ਵਿਚਾਰ ਸੰਗਤ ਨਾਲ ਸਾਂਝੇ ਕਰਦਾ ਕਿ ਬਹੁਤ ਛੋਟੀ ਉਮਰ ਵਿੱਚ ਸੰਤ ਬਾਬਾ ਦਲੇਰ ਸਿੰਘ ਜੀ ਜੋ ਬੜੇ ਉੱਚ ਕੋਟੀ ਦੇ ਸਾਧੂ ਸਨ, ਗੁਰਮਤ ਦੇ ਗਿਆਤਾ ਸਨ ਅਤੇ ਗੁਰਬਾਣੀ ਦਾ ਉਹਨਾਂ ਨੂੰ ਬਹੁਤ ਅਧਿਐਨ ਸੀ ਅਤੇ ਉਹ ਸੰਗਤ ਵਿੱਚ ਆਉਣ ਵਾਲੇ ਹਰ ਪ੍ਰੇਮੀ ਨੂੰ ਗੁਰਮਤ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਸਫਲ ਕਰਨ ਲਈ ਹਮੇਸ਼ਾ ਪ੍ਰੇਰਨਾ ਕਰਿਆ ਕਰਦੇ ਸਨ। ਇੱਕ ਸਮੇਂ ਇਕਾਂਤ ਵਿੱਚ ਬੈਠੇ ਸਨ, ਬਹੁਤੀ ਸੰਗਤ ਦੀ ਆਵਾਜਾਈ ਨਹੀਂ ਸੀ ਅਤੇ ਦਾਸ ਨੇ ਬੜੀ ਨਿਮਰਤਾ ਨਾਲ ਪੁੱਛਿਆ, ਮਹਾਰਾਜ ਕਿਰਪਾ ਕਰਕੇ ਸਮਝਾਓ ਇਹ ਮਨ ਕਿਵੇਂ ਟਿਕੇ। ਹੱਸ ਕੇ ਕਹਿਣ ਲੱਗੇ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਮੈਂ ਕਿਹਾ ਜੀ, ਵਾਹਿਗੁਰੂ ਕਰਦਿਆਂ ਵੀ ਮਨ ਨਹੀਂ ਟਿਕਦਾ, ਮਨ ਫਿਰ ਭਟਕਦਾ। ਕਹਿਣ ਲੱਗੇ, ਜ਼ਰੂਰ ਟਿਕਾਉਣਾ। ਮੈਂ ਕਿਹਾ, ਮਹਾਰਾਜ ਜੇ ਟਿਕ ਜਾਏ
ਅਤੇ ਫਿਰ ਹੀ ਜੀਵਨ ਦੀ ਸਫਲਤਾ ਹੈ। ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ, ਆਪਣੇ ਕਰਮ ਕਾਂਡ ਨੂੰ ਸ਼ੁੱਧ ਕਰੋ। ਮੈਂ ਕਿਹਾ ਜੀ ਉਹ ਕੀ ਹੁੰਦਾ? ਬੜੇ ਕਿਰਪਾਲੂ ਸਨ ਅਤੇ ਬੜੇ ਸਰਲ ਜਿਹੇ ਤਰੀਕੇ ਨਾਲ ਸਮਝਾਇਆ ਕਰਦੇ। ਇਹ ਗੱਲ ਬਿਲਕੁਲ ਠੀਕ ਹੈ ਕਿ ਜਿਸ ਨੂੰ ਆਪਣਾ ਅਨੁਭਵ ਹੋਵੇ ਉਹ ਹੀ ਕਿਸੇ ਨੂੰ ਸਮਝਾ ਸਕਦਾ। ਕਹਿਣ ਲੱਗੇ ਪਰਮਾਤਮਾ ਨੇ ਸਾਨੂੰ ਪੰਜ ਕਰਮ ਇੰਦਰੇ ਦਿੱਤੇ ਨੇ, ਪੰਜ ਗਿਆਨ ਇੰਦਰੇ ਦਿੱਤੇ ਨੇ। ਇਹਨਾਂ ਦੀ ਠੀਕ ਵਰਤੋਂ ਕਰਨੀ ਸਿੱਖੋ। ਦੋ ਹੱਥ ਹਨ, ਦੋ ਪੈਰ ਹਨ, ਸਰੀਰ ਹੈ, ਇਹ ਕਰਮ ਇੰਦਰੇ ਹਨ, ਔਰ ਪੰਜ ਗਿਆਨ ਇੰਦਰੇ ਹਨ, ਜਿਨ੍ਹਾਂ ਪੰਜਾਂ ਦੇ ਇਹ ਪੰਜ ਗੁਣ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਕੰਨ ਸੁਣਦੇ ਹਨ, ਸਪਰਸ਼ ਸਾਡੀ ਤੁਚਾ ਸਕਿਨ ਚਮੜੀ ਕਰਦੀ, ਰੂਪ ਅੱਖਾਂ ਦੇਖਦੀਆਂ ਹਨ, ਰਸ ਸਾਡੀ ਜੀਭਾ ਚਖਦੀ, ਔਰ ਗੰਧ ਖੁਸ਼ਬੂ ਬਦਬੂ ਦਾ ਪਤਾ ਨੱਕ ਨੂੰ ਲੱਗਦਾ। ਇਹਨਾਂ ਨੂੰ ਸ਼ੁੱਧ ਕਰੋ। ਕਹਿਣ ਲੱਗੇ ਆਪਣੀਆਂ ਅੱਖਾਂ ਨੂੰ ਵੀ ਸਮਝਾਓ, ਅਤੇ ਸਮਝਾਉਣ ਵਾਸਤੇ ਉਹਨਾਂ ਨੇ ਆਨੰਦ ਸਾਹਿਬ ਦੀਆਂ ਇਹ ਪੌੜੀਆਂ ਪੜ੍ਹ ਕੇ ਸੁਣਾਈ। ਇਹ ਨੇਤਰੋ ਮੇਰੇ ਹੋ, ਹੁਣ ਦੇਖੋ ਨੇਤਰ ਵੀ ਮੇਰੇ ਨੇ ਅਤੇ ਸਮਝਾਉਣਾ ਵੀ ਮੈਂ। ਇਹ ਸ਼ਰਵਣੋ ਮੇਰੇ ਹੋ, ਕੰਨ ਵੀ ਮੇਰੇ ਹਨ, ਸਮਝਾਉਣਾ ਵੀ ਮੈਂ। ਇਹ ਰਸਨਾ ਤੂੰ ਅਨਰਸਨਾ ਚ ਰਹੀ। ਹੁਣ ਪਾਠ ਤਾਂ ਕਰੀਦਾ ਸੀ, ਪਰ ਜਦੋਂ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਸਮਝਾਇਆ, ਗੱਲ ਸਮਝ ਵਿੱਚ ਆ ਗਈ। ਤੋ ਸਾਡੇ ਇਹਨਾਂ ਪੰਜ ਗਿਆਨ ਇੰਦਰੀਆਂ ਵਿੱਚੋਂ ਇਹ ਜੀਵਾ ਵੀ ਇੱਕ ਇੰਦਰਾ ਹੈ। ਇਹਦੇ ਨਾਲ ਸਾਨੂੰ ਖਾਣ ਪੀਣ ਦਾ ਚਸਕਾ, ਖੱਟੇ ਮਿੱਠੇ, ਸਲੂਣੇ ਦਾ, ਚਟਪਟੇ ਦਾ ਪਤਾ ਲੱਗ। ਇਹ ਗੱਲ ਤਾਂ ਅਸੀਂ ਮੰਨਾਂਗੇ ਕਿ ਜੋ ਚੀਜ਼ ਅਸੀਂ ਖਾਂਦੇ ਹਾਂ ਉਹਦਾ ਰਸ ਆਉਂਦਾ, ਮਿੱਠੇ ਪਦਾਰਥਾਂ ਦਾ ਮਿੱਠਾ ਰਸ, ਸਲੂਣੇ ਦਾ ਸਲੂਣਾ ਰਸ, ਚਟਪਟੇ ਦਾ ਚਟਪਟਾ ਰਸ। ਆਖਿਆ ਇਸ ਰਸਨਾ ਨੂੰ ਪਰਮਾਤਮਾ ਦੇ ਨਾਮ ਰਸ ਨਾਲ ਜੋੜਨਾ ਕਰੋ। ਰਸਨਾ ਵੀ ਸਾਡੀ ਹੈ ਅਤੇ ਸਮਝਾਉਣਾ ਵੀ ਅਸੀਂ, ਅਤੇ ਸਮਝਾਉਣ ਵਾਸਤੇ ਗੁਰੂ ਸ਼ਬਦ ਤੋਂ ਸਾਨੂੰ ਜੋ ਸੇਧ ਮਿਲਦੀ ਉਹਨੂੰ ਅਮਲ ਵਿੱਚ ਲਿਆਓ। ਸੱਚਮੁੱਚ ਜਦੋਂ ਸਮਝ ਕੇ ਪੜ੍ਹਿਆ, ਗੱਲ ਕੁਝ ਕੁਝ ਸਮਝ ਵਿੱਚ ਆਈ। ਇਹ ਰਸਨਾ ਤੂੰ ਅਨਰਸਨਾ ਚ ਰਹੀ।
ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਹੈ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰਸ, ਬਹੁੜ ਨਾ ਤਿਸਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਵਿਸਰੇ, ਜਾਂ ਹਰ ਵਸੇ ਮੰਨਿਆ। ਸੱਚਮੁੱਚ ਗੁਰਬਾਣੀ ਤਾਂ ਹੈ ਸਾਡੇ ਕੋਲ, ਪਰ ਜਦੋਂ ਤੀਕਰ ਅਸੀਂ ਗੁਰਬਾਣੀ ਨੂੰ ਸਮਝ ਕੇ ਨਹੀਂ ਪੜ੍ਹਦੇ, ਸਾਡੇ ਪੱਲੇ ਕੁਝ ਨਹੀਂ ਪੈਂਦਾ। ਮਹਾਂਪੁਰਸ਼ਾਂ ਨੇ ਸਮਝਾਇਆ, ਯਕਦਮ ਗੱਲ ਸਮਝ ਵਿੱਚ ਆਈ। ਤਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵੀ, ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ, ਉਹਨਾਂ ਦੇ ਹਰ ਹੁਕਮ ਨੂੰ ਮੰਨਿਆ ਅਤੇ ਸਾਡੇ ਲਈ ਵੀ ਮਾਰਗਦਰਸ਼ਨ ਕੀਤਾ। ਆਖਿਆ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਬੜੇ ਹੀ ਪ੍ਰਮਾਣ ਦੇਖ ਕੇ ਗੁਰੂ ਰਾਮਦਾਸ ਜੀ ਨੇ ਸਮਝਾਏ। ਆਖਿਆ ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ। ਇਸੇ ਤਰ੍ਹਾਂ ਇਸ ਪਾਵਨ ਸ਼ਬਦ ਵਿੱਚ ਵੀ ਸਮਝਾਉਂਦੇ ਨੇ, ਹਰ ਰਸ ਜਨ ਚਾਖੋ ਜੇ ਭਾਈ। ਹੇ ਵਾਹਿਗੁਰੂ ਦੇ ਪਿਆਰਿਓ, ਹੇ ਭਰਾਵੋ, ਜੇ ਤੁਸੀਂ ਹਰੀ ਨਾਮ ਰਸ ਨੂੰ ਚੱਖ ਲਵੋ। ਹਰ ਰਸ ਜਨ ਚਾਖੋ ਜੇ ਭਾਈ, ਤਉ ਕਤ ਅਨੰਤ ਸਾਧ ਲੋ ਭਾਈ। ਤਉ ਫੇਰ ਕਤ ਕਿਹੜੇ ਹੋਰ ਅਨੰਤ ਸਵਾਦਾਂ ਵਿੱਚ ਤੁਸੀਂ ਲੁਭਾਏ ਮਨ ਨਹੀਂ ਹੋਵੋ। ਕਿਉਂਕਿ ਜਦੋਂ ਤੀਕਰ ਅਸੀਂ ਕਿਸੇ ਰਸ ਨੂੰ ਚੱਖਦੇ ਨਹੀਂ, ਉਹਦੇ ਬਾਰੇ ਅਸੀਂ ਕੋਈ ਨਿਰਣਾ ਨਹੀਂ ਲੈ ਸਕਦੇ, ਤਾਂ ਚੱਖਣਾ ਤਾਂ ਪਵੇਗਾ। ਚੱਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਇਹ ਮਿੱਠਾ ਹੈ, ਇਹ ਖੱਟਾ ਹੈ, ਇਹ ਚਟਪਟਾ ਹੈ, ਇਸ ਨੂੰ। ਗੁਰੂ ਰਾਮਦਾਸ ਜੀ ਗਰੰਟੀ ਦਿੰਦੇ ਨੇ, ਹਰ ਰਸ ਜਨ ਚਾਖੋ ਜੇ ਭਾਈ, ਤਉ ਕਤ ਅਨੰਤ ਸਾਧ ਲੋ ਭਾਈ। ਇਹਦਾ ਮਤਲਬ ਕਸਰ ਸਾਡੇ ਵਿੱਚ, ਕਮੀ ਸਾਡੇ ਵਿੱਚ ਹੈ। ਬਾਣੀ ਪੜ੍ਹੀ ਵੀ ਜਾ ਰਹੇ ਹਾਂ, ਪਰ ਬਾਣੀ ਵਿੱਚੋਂ ਰਸ ਪ੍ਰਾਪਤ ਨਹੀਂ ਹੋ ਰਹੇ। ਵਿਚਾਰ ਕਰਦਿਆਂ ਕਰਦਿਆਂ ਇੱਕ ਸਾਖੀ ਯਾਦ ਆ ਗਈ ਕਿ ਅਨੰਦਪੁਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦਾ ਦਰਬਾਰ ਲੱਗਾ ਸੀ। ਕੁਝ ਗੁਰਸਿੱਖ ਗੁਰੂ ਮਹਾਰਾਜ ਦੇ ਕੋਲ ਬੈਠੇ ਹੋਏ,
ਕਹਿਣਗੇ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਮੰਨ ਕੇ ਬਾਣੀ ਪੜ੍ਹੀ ਦੀ ਹੈ, ਪਰ ਬਾਣੀ ਵਿੱਚੋਂ ਰਸ ਨਹੀਂ ਆਉਂਦਾ। ਇਹ ਆਮ ਲੋਕ ਕਹਿ ਦਿੰਦੇ। ਸਤਿਗੁਰੂ ਕਹਿਣ ਲੱਗੇ, ਅੱਛਾ ਕੱਲ੍ਹ ਤੁਹਾਨੂੰ ਇਹਦਾ ਜਵਾਬ ਦਿਆਂਗੇ। ਅਗਲਾ ਦਿਨ ਹੋਇਆ, ਸਤਿਗੁਰੂ ਕਹਿਣ ਲੱਗੇ, ਭਾਈ ਅੱਜ ਸੁੱਖ ਨਿਦਾਨ, ਜਿਹਨੂੰ ਸੁੱਖਾ ਕਹਿੰਦੇ ਨੇ, ਭੰਗ ਕਹਿੰਦੇ ਨੇ, ਰਗੜੋ ਅਤੇ ਕੜਾਹ ਭਰ ਦਿਓ। ਸਵੇਰੇ ਉੱਠ ਕੇ ਸਾਰੇ ਇੱਕ ਇੱਕ ਗੜਵੀ ਉਹਦੇ ਵਿੱਚੋਂ ਭਰ ਕੇ ਲੈ ਜਾਓ ਅਤੇ ਉਸ ਸੁੱਖ ਨਿਦਾਨ ਨੂੰ ਕੁਰਲੀਆਂ ਕਰੋ, ਭਾਵ ਉਹਨੂੰ ਆਪਣੇ ਅੰਦਰ ਨਹੀਂ ਜਾਣ ਦੇਣਾ, ਕੁਰਲੀਆਂ ਕਰਕੇ ਆਓ। ਦੇਖੋ ਗੁਰੂ ਦੀਆਂ ਰਮਜ਼ਾਂ ਹੁੰਦੀਆਂ ਨੇ, ਕਈ ਤਾਂ ਸਾਡੇ ਵਰਗੇ ਨਾਲ ਦੀ ਨਾਲ ਕਿੰਤੂ ਪਰੰਤੂ ਕਰ ਦਿੰਦੇ ਜੀ, ਫਿਰ ਕੀ ਹੋਵੇਗਾ ਜੀ। ਨਹੀਂ, ਇਹ ਗੁਰੂ ਦੇ ਸਮਝਾਉਣ ਦਾ ਤਰੀਕਾ, ਇਵੇਂ ਹੀ ਕੀਤਾ ਗਿਆ। ਸੁੱਖ ਨਿਦਾਨ ਰਗੜਿਆ, ਕੜਾਹ ਭਰ ਦਿੱਤਾ, ਸਾਰੇ ਗੁਰੂ ਕੇ ਹੁਕਮ ਮੁਤਾਬਕ ਗੜਵੀ ਭਰ ਕੇ ਲੈ ਗਏ ਅਤੇ ਸਭ ਕੁਰਲੀਆਂ ਕਰਕੇ ਆ ਗਏ। ਜਦੋਂ ਫਿਰ ਮਹਾਰਾਜ ਜੀ ਹਜ਼ੂਰੀ ਵਿੱਚ ਆਏ, ਕਹਿੰਦੇ ਸੁਣਾਓ ਬਾਈ, ਕੀਤਾ ਸੀ ਉਹ ਕੰਮ? ਕਹਿੰਦੇ ਹਾਂਜੀ ਕੀਤਾ ਸੀ। ਫਿਰ ਕੋਈ ਉਹਦਾ ਨਸ਼ਾ ਚੜਿਆ, ਕੋਈ ਅਮਲ ਆਇਆ? ਆਂਦੇ ਮਹਾਰਾਜ, ਨਸ਼ਾ ਕਿੱਥੋਂ ਚੜ੍ਹਨਾ ਸੀ? ਆਪ ਜੀ ਨੇ ਹੁਕਮ ਕੀਤਾ ਸੀ ਵੀ ਕੁਰਲੀਆਂ ਕਰਨੀਆਂ ਹਨ, ਨਸ਼ਾ ਤਾਂ ਚੜ੍ਹਦਾ ਜੇ ਅਸੀਂ ਉਸ ਨੂੰ ਆਪਣੇ ਅੰਦਰ ਲੰਘਾਉਂਦੇ, ਅਸੀਂ ਤਾਂ ਅੰਦਰ ਜਾਣ ਹੀ ਨਹੀਂ ਦਿੱਤਾ। ਕਲਗੀਆਂ ਵਾਲੇ ਪਾਤਸ਼ਾਹ ਕਹਿਣਗੇ, ਬਸ ਸਮਝ ਆ ਗਈ। ਇਸੇ ਤਰ੍ਹਾਂ ਅਸੀਂ ਬਾਣੀ ਦੀਆਂ ਕੁਰਲੀਆਂ ਕਰ ਰਹੇ, ਅਕੋਤਰੀਆਂ ਚੱਲ ਰਹੀਆਂ ਨੇ, ਲੜੀਆਂ ਚੱਲ ਰਹੀਆਂ ਨੇ, ਪੰਜ ਪੰਜ ਸਾਲਾਂ ਲਈ ਪਾਠ ਬੁਕਿੰਗ ਹੋਏ ਹੋਏ ਨੇ, ਪਾਠ ਰੱਖੇ ਵੀ ਜਾ ਰਹੇ ਨੇ, ਰਖਾਏ ਵੀ ਜਾ ਰਹੇ ਨੇ, ਭੋਗ ਪੈ ਰਹੇ ਨੇ। ਪੁੱਛ ਕੇ ਵੇਖੋ, ਰੱਖਣ ਵਾਲਿਆਂ ਨੂੰ, ਰਖਾਉਣ ਵਾਲਿਆਂ ਨੂੰ ਕੋਈ ਰਸ ਆਇਆ? ਸਤਸੰਗਤ ਬੁਰਾ ਨਹੀਂ ਮੰਨਣਾ, ਇਹ ਉਹਨਾਂ ਸਵਾਲਾਂ ਦਾ ਜਵਾਬ ਹੈ ਜਿਹੜੇ ਅਸੀਂ ਆਮ ਤੌਰ 'ਤੇ ਕਰਦੇ। ਜੇ ਬਾਣੀ ਨੂੰ ਸਮਝ ਕੇ ਪੜ੍ਹਨ ਲੱਗ ਪਈਏ, ਦਾਸ ਨੂੰ ਸੈਂਕੜੇ ਨਵੀਂ ਤੋਂ ਨਵੀਂ ਸੰਗਤ ਦੇ ਦਰਸ਼ਨ ਹੁੰਦੇ ਨੇ ਅਤੇ ਜਿਹੜੇ ਇਸ ਬੇਨਤੀ ਨੂੰ ਮੰਨ ਲੈਂਦੇ ਨੇ ਉਹ ਫਿਰ ਆਪ ਹੀ ਕਹਿੰਦੇ ਨੇ, ਬੜਾ ਆਨੰਦ ਆਉਂਦਾ ਜੀ, ਬੜਾ ਰਸ ਆਉਂਦਾ ਜੀ। ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ, ਜੇ ਭੋਜਨ ਖਾਓਗੇ ਤਾਂ ਭੁੱਖ ਮਿਟੇਗੀ। ਭੋਜਨ ਵੇਖਣ ਦੇ ਨਾਲ ਕਦੇ ਕਿਸੇ ਦੀ ਭੁੱਖ ਨਹੀਂ ਮਿਟੀ,
ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਜੋ ਲੋ ਰਿਦੇ ਨਾ ਕਮਾਏ। ਤੋ ਇਹ ਸਾਖੀ ਸੁਣਾਉਣ ਦਾ ਮਤਲਬ ਅਸੀਂ ਸਵੈ ਪੜਚੋਲ ਕਰੀਏ ਵੀ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਉਸ ਵਿੱਚੋਂ ਕਿੰਨਾ ਕੁ ਰਸ ਮਾਣਦੇ। ਅੱਜ ਵੀ ਕੋਈ ਸੱਜਣ ਕਹਿ ਰਹੇ ਸਨ ਅਸੀਂ ਤਾਂ ਇਸ ਯਤਨ ਵਿੱਚ ਹੁੰਦੇ ਹਾਂ ਕਿ ਜਪਜੀ ਸਾਹਿਬ ਪੜ੍ਹਿਆ ਜਾਏ ਅਤੇ ਘੱਟ ਤੋਂ ਘੱਟ ਸਮਾਂ ਲੱਗੇ। ਕਈ ਵਾਰੀ ਤਾਂ ਦਾਸ ਨੇ ਬੇਨਤੀ ਕੀਤੀ ਹੈ ਵੀ ਗੁਸਲਖਾਨੇ ਵਿੱਚ ਇਸ਼ਨਾਨ ਕਰਨ ਲਈ ਵੜਦੇ ਹਾਂ ਅਤੇ ਜਪਜੀ ਸਾਹਿਬ ਸ਼ੁਰੂ ਕਰ ਲੈਂਦੇ ਹਾਂ ਅਤੇ ਕਸ਼ਹਿਰਾ ਨਿਚੋੜਦੇ ਹਾਂ ਅਤੇ ਭੋਗ ਪਾ ਦਿੰਦੇ। ਰਸ ਲੈਣ ਦਾ ਤਾਂ ਯਤਨ ਹੀ ਨਹੀਂ ਕਰ ਰਹੇ। ਪਰ ਧੰਨ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਪਿਆਰਿਓ, ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅਨੰਤ ਸਾਧ ਲੋਭਾਈ। ਫਿਰ ਸ਼ਰਤੀਆ ਤੁਸੀਂ ਹੋਰ ਕਿਸੇ ਸਵਾਦ ਵਿੱਚ ਨਹੀਂ ਲੱਗੋ, ਤੁਹਾਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗੇਗਾ। ਮੇਰੇ ਕਈ ਵਿਦਿਆਰਥੀ ਕਈ ਪ੍ਰੇਮੀ ਪੁੱਛਦੇ ਨੇ ਗਿਆਨੀ ਜੀ ਕਥਾ ਕਰਨੀ ਹੋਵੇ ਤਾਂ ਕਿਹੜੇ ਕਿਹੜੇ ਗ੍ਰੰਥ ਪੜ੍ਹਨੇ ਚਾਹੀਦੇ। ਦਾਸ ਇੱਕੋ ਹੀ ਬੇਨਤੀ ਕਰਦਾ, ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਗ੍ਰੰਥ ਨਾ ਪੜ੍ਹਿਓ। ਜਿੰਨੇ ਜ਼ਿਆਦਾ ਗ੍ਰੰਥ ਪੜ੍ਹੋਗੇ ਪੜ੍ਹਨ ਦੀ ਹਉਮੈ ਆ ਜਾਏ। ਗ੍ਰੰਥ ਲਿਖਣ ਵਾਲੇ ਆਪਣੀ ਆਪਣੀ ਵਿਚਾਰਧਾਰਾ ਤੁਹਾਡੇ 'ਤੇ ਠੋਕ ਦੇਣ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ ਤੁਹਾਨੂੰ ਹੋਰ ਕਿਧਰੇ ਜਾਣ ਦੀ ਲੋੜ ਹੀ। ਤੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਰਸ ਜਨ ਚਾ ਖੋਜੇ ਭਾਈ ਤਉ ਕਤ ਅਨੰਤ ਸਾਧ ਲੋਭਾਈ। ਇੱਥੇ ਹੁਣ ਸਾਧ ਦੇ ਧੱਦੇ ਨੂੰ ਸਿਆਰੀ ਹੈ, ਤੁਸੀਂ ਹੋਰ ਕਿਸੇ ਸਵਾਦ ਵਿੱਚ ਲੁਭਾਏ ਮਨ ਹੋ ਹੀ ਨਹੀਂ ਸਕੋ। ਕਿਉਂ? ਜੇਵਾ ਹਰ ਰਸ ਰਹੀ ਅਗਾਏ। ਇਹ ਜਿਹੜੀ ਜੇਵਾ ਹੈ ਹਰ ਰਸ, ਹਰੀ ਰਸ ਵਿੱਚ ਹਰੀ ਰਸ ਦੁਆਰਾ ਰਹੀ ਅਗਾਏ, ਅਗਾਏ ਇੱਕ ਅਵਸਥਾ ਹੈ ਸਾਸ, ਜਿਹਨੂੰ ਰੱਜ ਜਾਣਾ ਵੀ ਕਹਿੰਦੇ ਨੇ, ਤ੍ਰਿਪਤ ਹੋਣਾ ਵੀ ਕਹਿੰਦੇ ਨੇ। ਜਦੋਂ ਰਸਨਾ ਹਰੀ ਰਸ ਨਾਲ ਤ੍ਰਿਪਤ ਹੋ ਜਾਏਗੀ, ਗੁਰਮੁਖ ਪੀਵੈ ਸਹਿਜ ਸਮਾਏ। ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਚੱਲੇ, ਜਿਹੜਾ ਗੁਰੂ ਦੇ ਕਹੇ ਅਨੁਸਾਰ ਬਾਣੀ ਨੂੰ ਵਿਚਾਰ ਕੇ ਪੜ੍ਹੇਗਾ ਉਹ ਪੀਵੇਗਾ, ਅਤੇ ਜਿਹੜਾ ਪੀਵੇਗਾ ਉਹ ਸਹਿਜ ਸਮਾਏ। ਸਹਿਜ ਦੇ ਜੱਜੇ ਨੂੰ ਸਿਆਰੀ ਹੈ, ਸਹਿਜ ਅਵਸਥਾ ਵਿੱਚ ਆਤਮਕ ਅਡੋਲਤਾ ਵਿੱਚ ਟਿਕ ਜਾਏ। ਜੇਵਾ ਹਰ ਰਸ ਰਹੀ ਅਗਾਏ, ਗੁਰਮੁਖ ਪੀਵੈ ਸਹਿਜ ਸਮਾਏ। ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅਨੰਤ ਸਾਧ ਲੋਭਾਈ।
ਇਸੇ ਲਈ ਬਾਣੀ 'ਚ ਲਿਖਿਆ ਹਰ ਰਸ ਕਾ ਤੂੰ ਚਾਖੈ ਸਾਤ, ਚਾਖਤ ਹੋਏ ਰਹਿ ਬਿਸਮਾਤ। ਬਸ ਚੱਖਣ ਦੀ ਲੋੜ ਹੈ, ਫਿਰ ਤੈਨੂੰ ਉਹ ਬਿਸਮਾਦ ਅਵਸਥਾ ਪ੍ਰਾਪਤ ਹੋ ਜਾਏ। ਬਾਣੀ ਗੁਰੂ ਜੀ ਵਾਰ ਵਾਰ ਸਾਨੂੰ ਪ੍ਰੇਰਨਾ ਕਰਦੇ, ਭਾਈ ਹਰੀ ਰਸ ਨੂੰ ਚੱਖਣਾ ਕਰੋ, ਕੁਰਲੀਆਂ ਨਾ ਕਰੋ। ਇਹ ਨਾ ਕਹੋ ਮੈਂ ਇੰਨੇ ਮਿੰਟਾਂ ਵਿੱਚ ਜਪਜੀ ਸਾਹਿਬ ਪੜ੍ਹਿਆ, ਮੈਂ ਇੰਨੇ ਮਿੰਟਾਂ ਵਿੱਚ ਸੁਖਮਨੀ ਸਾਹਿਬ ਪੜ੍ਹਿਆ, ਇਹ ਨਾ ਕਹੋ। ਲਓ ਰਹਾਓ ਤੋਂ ਅਗਲੀ ਪੰਕਤੀ ਵਿੱਚ ਪਾਤਸ਼ਾਹ ਇੱਕ ਹੋਰ ਗਰੰਟੀ ਦਿੰਦੇ, ਗੁਰਮਤਿ ਰਸ ਰਾਖੋ ਉਰ ਧਾਰ। ਗੁਰਮਤਿ ਗੁਰੂ ਦੀ ਮਤ ਦੁਆਰਾ ਇਸ ਰਸ ਨੂੰ ਉਰ ਧਾਰ, ਉਰ ਕਹਿੰਦੇ ਨੇ ਹਿਰਦੇ ਨੂੰ, ਧਾਰ ਦੇ ਲਾਰੇ ਨੂੰ ਸਿਆਰੀ ਹੈ, ਧਾਰਨਾ ਕਰੋ, ਵਸਾਉਣਾ ਕਰੋ। ਜੇ ਗੁਰੂ ਦੀ ਮਤ ਦੁਆਰਾ ਇਸ ਨਾਮ ਰਸ ਨੂੰ ਹਿਰਦੇ ਵਿੱਚ ਧਾਰਨ ਕਰ ਲਓਗੇ, ਗੁਰਮਤ ਰਸ ਰੱਖੋ ਉਰਧਾਰ, ਹਰ ਰਸ ਰਾਤੇ ਰੰਗ ਮੁਰਾਰ। ਹਰੀ ਦੇ ਨਾਮ ਰਸ ਵਿੱਚ ਰਤਿਆਂ ਨੂੰ ਫਿਰ ਮੁਰਾਰ ਦਾ ਰੰਗ ਚੜ੍ਹ ਜਾਏ, ਫਿਰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਏ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਸਵਾਦ ਸਮਝਾਇਆ, ਸਿੱਧੋ ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਬਾਣੀ ਅਖੜ ਕੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਕਰਨਾ ਤਾਂ ਪਵੇ, ਕੀਤੇ ਤੋਂ ਬਿਨਾਂ ਇਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਗੁਰਮਤ ਰਸ ਰਾਖੋ ਉਰਧਾਰ, ਹਰ ਰਸ ਰਾਤੇ ਰੰਗ ਮੁਰਾਰ। ਲਓ ਇੰਨਾ ਕੁਝ ਸਮਝਾ ਕੇ ਫਿਰ ਦੂਜਾ ਪੱਖ ਵੀ ਦੱਸ, ਮਨਮੁਖ ਹਰ ਰਸ ਚਾਖਿਆ ਨਾ ਜਾਏ। ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ, ਜਿਹੜਾ ਇਹ ਕਹਿੰਦਾ ਬਾਣੀ ਪੜ੍ਹਨ ਦਾ ਕੀ ਫਾਇਦਾ, ਨਿਤਨੇਮ ਕਰਨ ਦਾ ਕੀ ਫਾਇਦਾ, ਗੁਰਦੁਆਰੇ ਜਾਣ ਦਾ ਕੀ ਫਾਇਦਾ, ਉਹਦੇ ਕੋਲੋਂ ਕਦੇ ਹਰੀ ਦਾ ਰਸ ਚੱਖਿਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਤਾਂ ਮਨ ਮੁਕਤਾ ਕਰ ਰਿਹਾ। ਉਹ ਤਾਂ ਕਹਿੰਦਾ ਮੈਂ ਆਪਣੇ ਮਨ ਦੇ ਪਿੱਛੇ ਤੁਰਨਾ, ਮਨਮੁਖ ਹਰ ਰਸ ਚਾਖਿਆ ਨਾ ਜਾਏ। ਮਨ ਦੇ ਪਿੱਛੇ ਤੁਰਨ ਵਾਲੇ ਨੂੰ ਕਦੇ ਹਰੀ ਰਸ ਦਾ ਸਵਾਦ ਨਹੀਂ, ਉਹ ਹਰੀ ਰਸ ਨੂੰ ਚੱਖ ਹੀ ਨਹੀਂ ਸਕਦਾ। ਹਉਮੈ ਕਰੇ ਬਹੁਤੀ ਮਿਲੇ ਸਜਾਏ, ਉਹ ਤਾਂ ਆਪਣੀਆਂ ਵਡਿਆਈਆਂ ਹੀ ਕਰੀ ਜਾਂਦਾ, ਆਪਣੀਆਂ ਚਤੁਰਾਈਆਂ ਹੀ ਦੱਸੀ ਜਾਂਦਾ। ਇਸੇ ਲਈ ਗੁਰੂ ਅਮਰਦਾਸ ਜੀ ਨੇ ਫਰਮਾਇਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਬੁਲਾਇਆ।
ਆਖਿਆ ਜਿਹੜਾ ਮਨਮੁੱਖ ਹੈ ਉਹ ਇਸ ਪਾਸੇ ਤੁਰਦਾ ਹੀ ਨਹੀਂ, ਹਉਮੈ ਦੀਆਂ ਗੱਲਾਂ ਕਰਦਾ, ਚਤੁਰਾਈ ਦੀਆਂ ਗੱਲਾਂ ਕਰਦਾ ਅਤੇ ਨਤੀਜਾ ਕੀ ਨਿਕਲਦਾ? ਬਹੁਤੀ ਮਿਲੈ ਸਜਾਏ, ਉਹਨੂੰ ਹਉਮੈ ਕਰਨ ਕਰਕੇ ਆਤਮਕ ਕਲੇਸ਼ ਚੰਬੜਿਆ ਹੀ ਰਹਿੰਦਾ, ਕਿਉਂਕਿ ਨਾ ਉਹਨੇ ਅਮਲ ਕਰਨਾ ਅਤੇ ਨਾ ਉਹਦਾ ਕੋਈ ਲਾਭ ਹੋਣਾ। ਲਓ ਅਖੀਰ ਵਿੱਚ ਮਹਾਰਾਜ ਕਹਿੰਦੇ, ਨਜ਼ਰ ਕਰੇ ਤਾਂ ਹਰ ਰਤ ਪਾਵੇ ਜੇ ਵਾਹਿਗੁਰੂ ਕਿਰਪਾ ਕਰਦੇ ਅਤੇ ਜੀਵ ਨੂੰ ਸਮਝ ਆ ਜਾਏ। ਮੈਂ ਤਾਂ ਜੀਵਨ ਵਿੱਚ ਪ੍ਰਚਾਰਕ ਹੋਣ ਦੇ ਨਾਤੇ ਅਨੇਕਾਂ ਪ੍ਰਾਣੀਆਂ ਨਾਲ ਵਾਸਤਾ ਪਿਆ, ਪ੍ਰੇਰਨਾ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਮੰਨ ਲਈ ਉਹ ਗੁਰਬਾਣੀ ਦੇ ਰੱਸੀਏ ਬਣ ਗਏ ਅਤੇ ਆਪ ਮੁਹਾਰੇ ਹੀ ਕਹਿੰਦੇ ਜੀ ਵਾਹ, ਹੁਣ ਤਾਂ ਬੜਾ ਆਨੰਦ ਆਇਆ ਭਾਈ। ਜੋ ਕੁਝ ਵੀ, ਫਿਰ ਇਹ ਨਹੀਂ ਕਹਿਣਾ ਕਿ ਮੈਂ ਇਹ ਕੀਤਾ, ਨਹੀਂ, ਇਹ ਕਹਿਣਾ ਕਿ ਉਸਦੀ ਕਿਰਪਾ ਹੋ ਗਈ, ਉਹਨੇ ਮਿਹਰ ਕਰ ਦਿੱਤੀ ਹੈ, ਹੁਣ ਮੈਨੂੰ ਰਸ ਆਉਣ ਲੱਗ ਪਿਆ। ਨਜ਼ਰ ਕਰੇ ਤਾਂ ਹਰ ਰਸ ਪਾਵੇ, ਨਾਨਕ ਹਰ ਰਸ ਹਰ ਗੁਣ ਗਾਵੇ। ਨਾਨਕ ਜੀ ਫਰਮਾਉਂਦੇ ਹਨ ਉਹ ਫਿਰ ਹਰੀ ਦੇ ਰਸ ਵਿੱਚ ਭਿੱਜ ਕੇ ਹਰੀ ਦੇ ਗੁਣ ਗਾਇਨ ਕਰਦੇ। ਦੇਖੋ ਕਈ ਵਾਰੀ ਕੀਰਤਨ ਹੁੰਦਾ, ਕਥਾ ਹੁੰਦੀ, ਕਈ ਕੀਰਤਨੀਏ ਬੜੇ ਭਿੱਜ ਕੇ ਕੀਰਤਨ ਕਰਦੇ, ਕਈ ਕਥਾ ਵਾਚਕ ਬੜੇ ਭਿੱਜ ਕੇ ਕਥਾ ਕਰਦੇ ਅਤੇ ਸਰੋਤੇ ਕਹਿੰਦੇ ਹਨ ਅੱਜ ਬੜਾ ਆਨੰਦ ਆਇਆ। ਆਨੰਦ ਕਿੱਥੋਂ ਆਇਆ? ਬਾਣੀ ਨੂੰ ਵਿਚਾਰ ਕੇ ਬਾਣੀ ਦੀ ਸਿੱਖਿਆ ਅਨੁਸਾਰ ਚੱਲੀਏ ਅਤੇ ਆਨੰਦ ਹੀ ਆਨੰਦ। ਤਾਂ ਦੇਖੋ ਸ਼ਬਦ ਦੀ ਸ਼ਬਦਾਵਲੀ ਕੋਈ ਔਖੀ ਨਹੀਂ, ਲੋੜ ਹੈ ਕਿ ਇਹਦੇ ਅਨੁਸਾਰ ਆਪਾਂ ਚੱਲੀਏ। ਗੁਰੂ ਰਾਮਦਾਸ ਜੀ ਗਰੰਟੀ ਦਿੰਦੇ ਨੇ, ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅਨੰਤ ਸਾਧ ਲੋਭਾਈ, ਜੇਵਾ ਹਰ ਰਸ ਰਹੀ ਅਘਾਏ ਗੁਰਮੁਖ ਪੀਵੈ ਸਹਿਜ ਸਮਾਏ। ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅਨੰਤ ਸਾਧ ਲੋਭਾਈ, ਰਾਹੋ ਗੁਰਮਤ ਰਸ ਰਾਖੋ ਉਰਧਾਰ ਹਰ ਰਸ ਰਾਤੇ ਰੰਗ ਮੁਰਾਰ, ਮਨਮੁਖ ਹਰ ਰਸ ਚਾਖਿਆ ਨ ਜਾਏ ਹਉਮੈ ਕਰੇ ਬਹੁਤੀ ਮਿਲੇ ਸਜਾਏ, ਨਜ਼ਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।